ਬਾਈ ਜੀ ਹੁਣੀ ਆਏ ਹੋਏ ਸੀ ਆਪਣੇ ਕੋਲ ਢੁੱਡੀਆਂ ਪਿੰਡ ਤੋਂ, ਅਤੇ ਮਹਿੰਦਰਾ ਦਾ ਲਾਉਣਾ ਬੰਪਰ ਅਤੇ ਬਾਕੀ ਇਹਦੀਆਂ ਪਲੇਟਾਂ ਤਿਆਰ ਹੋਈ ਜਾਂਦੀਆਂ ਨੇ, ਅਤੇ ਇੱਕ ਨਾਲ ਇਹਦੇ ਬੰਪਰ ਇੱਕ ਹੋਰ ਤਿਆਰ ਕਰਨਾ ਆਪਾਂ, ਅਤੇ ਉਹ ਵੀ ਹੈਗਾ 475 ਦਾ ਜੀ ਮਹਿੰਦਰਾ ਦਾ, ਅਤੇ ਬਾਕੀ ਆਓ ਫਿਰ ਹੁਣ ਆਪਾਂ ਲੱਗੇ ਹੋਏ ਹਾਂ, ਬਾਕੀ ਲੈਟ ਆਈ ਅਤੇ ਕਰਦੇ ਹਾਂ ਰਿਪੋਰਟ। ਓਕੇ ਲਓ ਜੀ, ਇੱਕ ਸੈਡ ਵਾਲੀਆਂ ਚੂੜੀਆਂ ਹੋ ਗਈਆਂ, ਓਕੇ ਅਤੇ ਦੇਖ ਸਕਦੇ ਹੋ ਇੱਧਰ ਸੱਲ ਹੈ ਨਹੀਂ ਸੀਗੇ, ਅਤੇ ਇੱਧਰ ਹੋ ਗਏ, ਅਤੇ ਬਾਕੀ ਇੱਧਰ ਹੁਣ ਚਾੜਿਆ ਹੋਇਆ ਤਾਹਾਂ, ਅਤੇ ਇੱਧਰ ਹੁਣ ਸਰਾਖ ਮਾਰ ਕੇ ਚੂੜੀਆਂ ਪਾ ਦਾਂਗੇ, ਫਿਰ ਕਰਦੇ ਹਾਂ ਆਪਾਂ ਬੰਪਰ ਦੀ ਫਿਟਿੰਗ। ਲਓ ਜੀ, ਅਤੇ ਬਾਕੀ ਦੋਨੇ ਸਾਈਡ ਸੁਰਾਖ ਨਿਕਲ ਕੇ ਚੂੜੀਆਂ ਪੈ ਗਈਆਂ, ਅਤੇ ਬਾਕੀ ਹੁਣ ਥੱਲੇ ਲਾ ਕੇ ਫਿਰ ਆਪਾਂ ਕੱਸਦੇ ਹਾਂ ਪਲੇਟਾਂ ਬੋਸ ਵੱਢ ਕੇ, ਅਤੇ ਫਿਰ ਲਾਉਂਦੇ ਫਰੰਟ ਪਲੇਟ। ਜਾਣਦੇ ਜਾਣਦੇ ਸਿੱਧਾ ਜਿਹਾ ਕਰਕੇ ਲੈਣੀ, ਸਿੱਧਾ ਜਿਹਾ ਕਰਕੇ ਸਿੱਧਾ ਜਿਹਾ ਕਰ ਲਾ, ਸਿੱਧਾ ਜਿਹਾ। ਲਓ ਜੀ, ਅਤੇ ਫਰੰਟ ਪਲੇਟ ਅਤੇ ਸਾਈਡ ਪਲੇਟਾਂ ਆ ਗਈਆਂ, ਅਤੇ ਬਾਕੀ ਰਿਪੋਰਟ। ਓਕੇ, ਚਾਦਰ ਹੁਣ ਉੱਤੇ ਭਰਨ ਲੱਗਦੇ ਹਾਂ, ਦੇਖ ਸਕਦੇ 26 ਇੰਚ ਲੰਬਾਈ ਆ, ਅਤੇ ਬਾਕੀ ਟਾਇਰਾਂ ਦੇ ਹਿਸਾਬ ਨਾਲ ਸੋਹਣਾ ਲੱਗਦਾ, ਅਤੇ ਬਾਕੀ ਆਓ ਹੁਣ ਚਾਦਰ ਲਾ ਕੇ ਫਿਰ ਲਾਉਂਦੇ ਹਾਂ, ਕਰਦੇ ਹਾਂ ਪੱਕਾ। ਲਓ ਜੀ, ਚਾਦਰ ਉੱਧਰ ਰਿਪੋਰਟ ਹੋ ਗਈ, ਓਕੇ ਪੂਰੀ, ਅਤੇ ਰਗੜ ਗਿਆ ਇੱਕ ਪਾਸਾ ਸਾਰਾ, ਅਤੇ ਬਾਕੀ ਹੁਣ ਲਾ ਕੇ ਇਹਨੂੰ ਚੱਡਣਾ ਪੱਕਾ ਕਰਕੇ, ਝੰਡਣਾ ਪੈਪ ਲਾ ਕੇ ਫਿਰ ਮਾਰ ਕੇ ਪੇਂਟ ਕਰ ਦਿੰਦੇ ਹਾਂ। ਬਾਕੀ ਦੇਖਦੇ ਹਾਂ ਵਜਨ ਕਿੰਨਾ ਬਣਿਆ, ਤਕਰੀਬਨ 50 ਕੇ ਜੀ ਦਾ ਪਰਖਿਆ ਸੀਗਾ, ਬਾਕੀ ਦੇਖਦੇ ਹਾਂ ਕਿੰਨਾ ਵਜਨ ਬਣਿਆ, 50 ਕਦੇ ਬਣਿਆ, 50 ਤੋਂ ਥੋੜ੍ਹਾ ਘੱਟ ਹੀ ਹੋਊਗਾ। ਲਓ ਜੀ, ਬੰਪਰ ਹੋ ਗਿਆ ਪੂਰਾ ਰੈਡੀ, ਅਤੇ ਦੇਖ ਸਕਦੇ ਹਾਂ ਬਾਕੀ ਰਿਪੋਰਟ। ਓਕੇ, ਗਰੰਟ ਨੂੰ ਮਾਰ ਕੇ, ਅਤੇ 4 ਹਾਰਨ ਵਾਲੀ ਪੈਪ ਥੱਲੇ ਰਹੀ, ਅਤੇ 2 ਲਿਟਾਂ ਵਾਲੀਆਂ, ਅਤੇ ਬਾਕੀ 2 ਝੰਡੇ ਵਾਲੇ ਪੈਪ ਮਾਰਦੇ ਹਾਂ, ਵਜਨ ਹੁਣ ਇਹਦਾ ਦੇਖਦੇ ਹਾਂ ਕਿੰਨਾ ਹੋਇਆ। ਲਓ ਜੀ, ਵਜਨ ਬਣ ਗਿਆ ਪੂਰਾ ਇਹਦਾ 51 ਕਿਲੋ 820, 51 ਕਿਲੋ 800 ਗ੍ਰਾਮ ਦਾ ਬੰਪਰ ਹੋ ਗਿਆ, ਅਤੇ ਬਾਕੀ 26 ਇੰਚ ਲੰਬਾਈ, ਅਤੇ ਬਾਕੀ ਵਜਨ ਇੰਨਾ। ਲਓ ਜੀ, ਆਰਮ ਵਾਲਿਆ ਹੋ ਗਿਆ ਸਟੈਪ ਕੰਪਲੀਟ, ਅਤੇ ਬਾਕੀ ਹੁਣ ਆਪਾਂ ਉੱਧਰ ਚੱਲਦੇ ਹਾਂ, ਅਤੇ ਬੰਪਰ ਕੱਸਿਆ ਗਿਆ, ਅਤੇ ਬੰਪਰ ਫਿੱਟ ਹੋ ਗਿਆ ਸਾਰਾ, ਅਤੇ ਬਾਕੀ ਆਰਮ ਰਹਿ ਗਈ ਖਲੀ ਕਸਣ ਵਾਲੀ, ਆਰਮ ਕੱਸ ਕੇ ਅਤੇ ਫਿਰ ਤੋਰਦੇ ਹਾਂ ਬਾਈ ਉਹਨਾਂ ਨੂੰ ਆਪਾਂ। ਲਓ ਜੀ, ਬੰਪਰ ਵਾਲੀ ਰਿਪੋਰਟ ਹੋ ਗਈ, ਓਕੇ, ਅਤੇ ਕਰੋ ਚੈੱਕ, ਅਤੇ ਬਲੈਕ ਮੈਟ ਪੇਂਟ ਪੇਂਟ ਮਾਰਿਆ ਵਾ, ਅਤੇ ਸਮਾਂ ਘੱਟ ਸੀਗਾ, ਅਤੇ ਫੇਰ ਆ ਗਈ, ਅਤੇ ਬਾਕੀ ਕਰਿਓ ਕਮੈਂਟ ਜ਼ਰੂਰ, ਦੱਸਿਓ ਕਿੱਦਾਂ ਲੱਗਿਆ ਬੰਪਰ। ਲਓ ਜੀ, ਅਤੇ ਆਹ ਟਰੈਕਟਰ ਆਪਣੇ ਕੋਲ ਪਹੁੰਚਿਆ ਪਿੰਡ ਧਾਲੀਆਂ ਤੋਂ, ਅਤੇ ਇੱਕ ਇਹਦਾ ਆਪਾਂ ਕਰਾਂਗੇ ਬੰਪਰ ਚੇਂਜ, ਅਤੇ ਨੰਬਰ 2 ਤੇ ਇਹਦਾ ਪੈਪ ਉੱਚਾ ਕਰਨਾ, ਅਤੇ ਇਹਨੂੰ 6 ਵਾਲਾ 12 ਇੰਚੀ 6 ਵਾਲਾ ਬੋਕਸ ਲਾਉਣਾ, ਜੌਲਤ ਲੈ ਕੇ ਆਉਣਾ, ਅਤੇ ਬਾਕੀ ਆਓ ਹੁਣ ਆਪਾਂ ਇਹਦਾ ਖੋਲਦੇ ਹਾਂ ਬੰਪਰ, ਬੰਪਰ ਖੋਲ੍ਹ ਕੇ ਫਿਰ ਆਪਾਂ ਛੱਤਰੀ ਖੋਲ੍ਹ ਕੇ ਜੂ ਪੈਪ ਖੋਲ੍ਹਾਂਗੇ, ਅਤੇ ਜੂ ਪੈਪ ਥੋੜ੍ਹਾ ਗਲਤ ਲੱਗਿਆ ਹੋਇਆ ਇਹਨੂੰ, ਆਪ ਦੇਖ ਸਕਦੇ ਹਾਂ, ਅਤੇ ਹੋਰ ਹਿਸਾਬ ਨਾਲ ਬਾਹਲਾ ਮਗਰ ਲੱਗਿਆ ਹੋਇਆ, ਅਤੇ ਆਪਾਂ ਉਸ ਹਿਸਾਬ ਨਾਲ ਥੋੜ੍ਹੀ ਸੈਟਿੰਗ ਕਰਕੇ ਅੱਗੇ ਕਰਕੇ ਲਾਉਣਾ, ਟੂਲ ਪੱਟ ਕੇ ਅੱਗੇ ਹੋ ਜੂਗਾ, ਅਤੇ ਆਓ ਹੁਣ ਆਪਾਂ ਦੀ ਖੋਲ੍ਹਦੇ ਹਾਂ ਛੱਤਰੀ ਅਤੇ ਬੰਪਰ। ਲਓ ਜੀ, ਅਤੇ ਸਾਰਾ ਸਮਾਨ ਖੁੱਲ੍ਹ ਗਿਆ ਸੀ, ਛੱਤਰੀ ਅਤੇ ਬੰਪਰ ਵਗੈਰਾ, ਅਤੇ ਬਾਕੀ ਹੁਣ ਪਹਿਲਾਂ ਇਹਦਾ ਪੈਪ ਆਪਾਂ ਉੱਚਾ ਕਰਕੇ ਲਾਵਾਂਗੇ, ਅਤੇ ਜਿਹੜੇ ਆਹ ਦੀਆਂ ਪੱਤੀਆਂ ਨੇ ਇਹ ਆਪਾਂ ਵੱਢ ਦਾਂਗੇ, ਵੱਢ ਕੇ ਅੱਗੇ ਕਰ ਦਾਂਗੇ, ਅਤੇ ਬਾਕੀ ਆਹ 1 ਫੁੱਟ ਉੱਚਾ ਕਰਨਾ ਪੈਪ ਆਪਾਂ, ਅਤੇ ਬਾਕੀ ਕਲਮ ਦਾਊ ਕੱਟ ਕੇ ਥੋੜ੍ਹਾ ਥੱਲੇ ਬੈਂਕ ਕਰ ਦਾਂਗੇ, ਅਤੇ ਪੈਪ ਰੱਖਣਾ ਇੱਥੇ ਹੀ ਆਹੀ ਪੋਜੀਸ਼ਨ 'ਤੇ, ਮਗਰੋਂ ਇੱਥੇ ਹੀ ਰੱਖਾਂਗੇ, ਅਤੇ ਥੱਲਿਓਂ ਥੋੜ੍ਹਾ ਅੱਗੇ ਕਰ ਦਾਂਗੇ, ਅਤੇ ਬਾਕੀ ਆਓ ਹੁਣ ਆਪਾਂ ਪੈਪ ਵੈਲਡਿੰਗ ਕਰਕੇ ਪਹਿਲਾਂ ਉੱਚਾ ਕਰ ਲਈਏ, ਫਿਰ ਆਪਾਂ ਕਰ ਦਿਆਂ। ਲਓ ਜੀ, ਅਤੇ ਕਰਤਾ ਜਮ੍ਹਾਂ ਲੰਡਾ, ਅਤੇ ਮਹਿੰਦਰਾ 475, ਅਤੇ ਬਾਕੀ ਹੁਣ ਪਲੇਟਾਂ ਵੱਢ ਦਿਆਂ ਆਪਾਂ, ਇੱਥੇ ਜਿੱਥੇ ਪੱਟੇ ਦਿੱਤੇ ਇੱਥੇ ਪਲੇਟਾਂ ਦੇ ਦਾਂਗੇ ਇੱਕ, ਅਤੇ ਬਾਕੀ ਰਿਪੋਰਟ। ਓਕੇ, ਦੁੱਧ ਪੈਪ ਵੀ ਹੋ ਗਿਆ ਰੈਡੀ, ਦੇਖ ਸਕਦੇ ਹਾਂ ਪੈਪ ਐਨ ਓਕੇ ਹੋ ਗਿਆ, ਗਰੈਂਡਰ ਮਾਰ ਲਗੇ ਹਾਂ, ਗਰੈਂਡਰ ਮਾਰ ਕੇ ਫਿਰ ਇਹ ਤੋਂ ਬਾਅਦ ਮਾਰਦੇ ਨੂੰ ਪੇਂਟ, ਪੇਂਟ ਮਾਰਨ ਤੋਂ ਪਹਿਲਾਂ ਬਾਕਾ ਆ ਜਾਵੇ, ਬਾਕਸਾ ਫਿਰ ਉਹਦੇ ਐਂਗਲ ਨਾਲ ਹੀ ਲੱਗ ਜਾਣਗੇ, ਪੇਂਟ ਫਿਰ ਇਕੱਠਾ ਹੀ ਮਾਰਾਂਗੇ, ਬਾਕੀ ਹੁਣ ਪਲੇਟਾਂ ਕਰਕੇ
ਮਰਗਾੜ ਫਿੱਟ ਕਰ ਲੈਂਦੇ ਆਪਾਂ, ਜਿਹੜੀ ਬਾਅਦ ਘਾਟ ਸੈੱਟ ਕਰਨ ਲਈ ਕਰਦੇ ਆਓ ਜੀ। ਅਤੇ ਆਹ ਦੋ ਪਲੇਟਾਂ ਤਿਆਰ ਹੋ ਗਈਆਂ ਆਪਣੀਆਂ, ਅਤੇ ਪਲੇਟਾਂ ਇੱਥੇ ਥੱਲੇ ਪਾ ਦਾਂਗੇ, ਅਤੇ ਇੱਥੇ ਥੱਲੇ ਪੈਣਗੀਆਂ ਪਲੇਟਾਂ, ਅਤੇ ਬਾਕੀ ਜਿਹੜੀ ਮਗਰ ਜੂ ਪੈ ਵਾਲੀ ਆਪਾਂ ਬਿਲਡ ਕਰ ਦਾਂਗੇ, ਅਤੇ ਬਾਕੀ ਆਓ ਹੁਣ ਆਪਾਂ ਮਰਗਾੜ ਕਰਦੇ ਹਾਂ ਪਹਿਲਾਂ। ਆਓ ਜੀ, ਅਤੇ ਪਲੇਟਾਂ ਦਿੱਤੀਆਂ ਮਰਗਾੜਾਂ ਥੱਲੇ ਆਪਾਂ, ਅਤੇ ਬਾਕੀ ਰਿਪੋਰਟ ਹੋ ਗਈ ਓਕੇ, ਮਰਗਾੜ ਕਸੇਗੇ। ਅਤੇ ਹੁਣ ਆਪਾਂ ਜੂ ਪੈ ਪਾਲੀਆਂ ਜਿਹੜੀਆਂ ਪੱਤੀਆਂ ਨੇ ਕਹਿੰਦਾ, ਹੁਣ ਆਪਾਂ ਉਹ ਬਿਲਡ ਕਰਦੇ ਹਾਂ, ਅਤੇ ਬਾਕੀ ਦੇਖੋ ਉਹ ਆ ਗਈਆਂ ਥੱਲੇ ਪਲੇਟਾਂ ਦੋਨੇ ਸਾਈਡਾਂ 'ਤੇ, ਅਤੇ ਬਾਕੀ ਹੁਣ ਜੂ ਪੈ ਪਾਲੀਆਂ ਪੱਤੀਆਂ ਬਿਲਡ ਕਰਦੇ ਹਾਂ। ਪੈਪ ਤਿਆਰ ਪਿਆ ਉੱਧਰ, ਕਈ ਹੁਣੀ ਪਹੁੰਚ ਗਿਆ ਆਪਣੇ ਕੋਲ ਪੇਟੀ ਲੈ ਕੇ, ਇੱਧਰ ਦੇਖੀ ਕੁੜੀ ਮਾੜਾ ਜਿਹਾ ਲਓ ਜੀ, ਕਹਿੰਦੇ 4-2-6 ਲਓ ਜੀ। ਅਤੇ ਬਾਕੀ ਕੰਮ ਚੱਲੀ ਜਾਂਦਾ, ਅਤੇ ਬਾਕੀ ਇਹਦੇ ਉੱਤੇ ਸਪੋਰਟ ਹੈਗੀ ਸੀਗੀ, ਅਤੇ ਜਿੱਦਾਂ ਆਪਾਂ ਉਹਦੇ ਪੱਤੀ ਪਾਉਂਦੇ ਹੁੰਦੇ ਹਾਂ ਬਕਸੇ 'ਤੇ, ਅਤੇ ਇਹਦੇ ਫਿਰ ਹੁਣ ਆਪਾਂ ਆਹ ਜਗਾੜ ਬਣਾ ਕੇ ਪੱਤੀਆਂ ਆਹ ਅਤੇ ਸੈਕਸ਼ਨ ਅੰਦਰ ਲਾ ਜਾਣੀ, ਉੱਤੇ ਜਾਣ ਦੀ ਦੋ ਪੱਤੀਆਂ ਪੈ ਜਾਣੀਆਂ ਤਾਂ ਤੋਂ, ਅਤੇ ਆਹ ਬਕਸਾ ਖੋਲਿਆ ਹੋਇਆ ਸਾਰਾ, ਅਤੇ ਹੋਰ ਕਿਹਦੇ ਅੰਦਰ ਇੱਥੇ ਜਾਣ ਦੀ ਉਹ ਸਰਾਖ ਆ, ਉੱਥੇ ਜਾਣ ਦੀ ਪੱਤੀ ਪੈ ਜੂਗੀ। ਅਤੇ ਬਾਕੀ ਇਹ ਕਰਕੇ ਫਿਰ ਇਹਨੂੰ ਮਾਰ ਦਾਂਗੇ ਕਾਲਾ ਪੇਂਟ, ਅਤੇ ਮੈਟ ਪੇਂਟ ਮਾਰ ਦਾਂਗੇ ਇਹਨੂੰ, ਅਤੇ ਕਾਲੀ ਪੇਟੀ ਕਾਲੀ ਕਰ ਦਾਂਗੇ, ਅਤੇ ਬਾਕੀ ਇੱਧਰ ਜਦ ਤੱਕ ਆਪਾਂ ਐਂਗਲ ਉਂਗਲ ਲਾਈ ਜਾਂਦੇ ਹਾਂ। ਲਓ ਜੀ, ਜੂ ਪੈਪ ਨੂੰ ਬਕਸ ਵਾਲੇ ਐਂਗਲ ਲੱਗ ਗਏ, ਅਤੇ ਐਂਗਲ ਆਪਾਂ ਹੋਰ ਹਿਸਾਬ ਨਾਲ ਲਾਇਆ, ਵੀਰਾਂ ਨੇ ਕਹਿੰਦੇ ਵੀ ਸਾਨੂੰ ਆਲੂ ਪੱਟਣ ਵੇਲੇ ਬਕਸਾ ਲਾਉਣਾ ਪਿਆ ਕਰਨਾ, ਅਤੇ ਫਿਰ ਆਪਾਂ ਨਟਾਂ ਬੋਲਟਾਂ ਦੀ ਕਰਤਾ ਜੰਕਸ਼ਨ, ਅਤੇ ਨਵੇਂ ਤਰੀਕੇ ਨਾਲ, ਅਤੇ ਮੰਨ ਕੇ ਚਲੋ ਸਿਸਟਮ ਵੀ ਹੈਵੀ ਆ, ਅਤੇ ਜਾਣ ਦੀ ਪੂਰੀ ਫੁੱਲ ਗਰੰਟੀ ਦੇ ਨਾਲ, ਅਤੇ ਪੂਰਾ ਐਨ ਇੱਕ ਨੰਬਰ ਕੰਮ ਹੋਊਗਾ। ਲਓ ਜੀ, ਜੂ ਪੈਪ ਦੀਆਂ ਐਂਗਲਾਂ ਲੱਗ ਗਈਆਂ ਸੀਗੀਆਂ ਬਕਸ ਵਾਲੀਆਂ, ਅਤੇ ਐਂਗਲ ਆਪਾਂ ਨਵੇਂ ਤਰੀਕੇ ਨਾਲ ਲਾਏ ਆ, ਅਤੇ ਇੱਕ ਬੋਲਟ ਉਰੇ ਪੈਂਦਾ ਹੋ ਗਿਆ ਅਤੇ ਇੱਕ ਬੋਲਟ ਉਰੇ ਪੈਂਦਾ ਹੋ ਜੂਗਾ, ਅਤੇ ਵੀਰਾਂ ਨੇ ਕਹਿੰਦੇ ਫਿਰ ਸਾਨੂੰ ਆਲੂ ਪੱਟਣ ਵੇਲੇ ਫਿਰ ਸਾਨੂੰ ਸਿਸਟਮ ਲਾਉਣਾ ਪੈਂਦਾ, ਅਤੇ ਨਹੀਂ ਫਿਰ ਵੀਰਾ ਕਹਿੰਦਾ ਸੀ ਅਸੀਂ ਜੂ ਪੈਪ ਵੀ ਖੋਲਿਆ ਕਰਾਂਗੇ, ਮੈਂ ਕਿਹਾ ਫਿਰ ਜੂ ਪੈਪ ਖੋਲਣਾ ਥੋੜ੍ਹਾ ਦਿੱਕਤ ਕਰਕੇ, ਤਾਂ ਕਰਕੇ ਆਪਾਂ ਫਿਰ ਇੱਦਾਂ ਐਂਗਲ ਤਿਆਰ ਕਰਤੇ, ਅਤੇ ਇੱਕ ਸਪੋਰਟ ਇਹਦੇ ਪਾਵਾਂਗੇ ਤਾਂ ਉਹਦੇ ਸੈਂਟਰ 'ਚ, ਅਤੇ ਬਾਕੀ ਪੈਪ ਤਕਰੀਬਨ ਤਿਆਰ ਆ, ਸਰਾਖ ਕੱਢ ਕੇ ਫਿਰ ਆਪਾਂ ਉਦੋਂ ਮਾਰ ਕੇ ਇਹਨੂੰ ਕਲੀਅਰ ਕਰਕੇ ਆਪਾਂ ਫਿਰ ਮਾਰਦੇ ਹਾਂ ਰੰਗ ਇਹਨੂੰ। ਅਤੇ ਬਾਕੀ ਰਿਪੋਰਟ ਓਕੇ ਆ, ਅਤੇ ਹੁਣ ਆਪਾਂ ਬਕਸਾ ਜਿਹੜਾ ਸਾਰਾ ਕਾਲਾ ਕਰ ਲੈਣਾ, ਅਤੇ ਮੈਟ ਬਲੈਕ ਰੰਗ ਕਰਾਂਗੇ, ਅਤੇ ਉੱਧਰ ਪੈਪ ਵੀ ਤਕਰੀਬਨ ਰੈਡੀ ਆ ਸਾਰਾ, ਅਤੇ ਐਂਗਲ ਵੀ ਰੈਡੀ ਆ ਸਾਰਾ ਕੁਛ, ਹੁਣ ਇਹਨਾਂ ਨੂੰ ਸਾਰਾ ਕੁਛ ਪੇਂਟ ਮਾਰ ਦਾਂਗੇ, ਅਤੇ ਪੇਂਟ ਮਾਰ ਕੇ ਫਿਰ ਪੈਪ ਸੁੱਕੇ, ਅਤੇ ਫਿਰ ਪਹਿਲਾਂ ਉਹ ਪੱਤੀਆਂ ਲਾ ਕੇ ਪੈਪ ਕੱਢ ਦਾਂਗੇ, ਫਿਰ ਨਾਲ ਹੀ ਬਕਸਾ ਚਾੜ ਦਾਂਗੇ, ਅਤੇ ਬਾਕੀ ਆਓ ਹੁਣ ਆਪਾਂ ਮਾਰਦੇ ਹਾਂ ਬਕਸ ਨੂੰ ਪੇਂਟ। ਲਓ ਜੀ, ਅਤੇ ਬਕਸਾ ਚੜ ਗਿਆ, ਅਤੇ ਗਾਟੇ ਤੜਵਾ ਦੇਣੇ ਸੀ ਬਾਈ ਨੇ ਇਹਨੇ ਬੰਦੇ ਨੇ, ਹੈਂ ਉੱਤੇ ਬਕਸਾ ਹੈ ਹੈਂ ਦੰਦ ਕੱਢਦਾ, ਲੱਤਾਂ ਤੜਾ ਦੇਣੀਆਂ ਸੀ, ਹੈਂ ਹੈਂ ਦੰਦ ਕੱਢਦਾ, ਉਹ ਕੰਮ ਹੋ ਗਿਆ ਜੀ। ਬਾਕੀ ਬਕਸਾ ਚਾੜਤਾ, ਅਤੇ ਕਰੋ ਚੈੱਕ ਰਿਪੋਰਟ, ਬਲੋ ਵੱਜ ਗਈ, ਸਹੀ ਗੱਲ ਬਾਬੇ, ਅਤੇ ਰਿਪੋਰਟ ਓਕੇ ਆ, ਬਾਕੀ ਰਿਪੋਰਟ ਸਵੇਰੇ ਚੈੱਕ ਕਰਾਵਾਂਗੇ, ਹੁਣ ਬੋਲਟ ਪਾ ਕੇ ਇਹਨੂੰ ਅੰਦਰ ਲਾ ਦਾਂਗੇ, ਉੱਤੇ ਵਾਲੀ ਸਪੋਰਟ ਪਾ ਦਾਂਗੇ, ਅਤੇ ਬਾਕੀ ਫਿਰ ਬੰਪਰ ਦਾ ਕਰਦੇ ਹਾਂ ਕੰਮ ਚਾਲੂ ਇਹਦਾ ਜੀ। ਅਤੇ ਕਹਿੰਦੇ ਉੱਤੇ ਵਾਲੀਆਂ ਪੱਤੀਆਂ ਵੀ ਪੈ ਗਈਆਂ ਸਪੋਰਟਾਂ, ਅਤੇ ਦੋਨੇ ਬਾਕੀ ਦੇਖ ਸਕਦੇ ਹਾਂ ਰਿਪੋਰਟ, ਅਤੇ ਇਹ ਸਪੋਰਟ ਪਾਉਣ ਦਾ ਜਾਣੀ ਬਕਸਾ ਬਿਲਕੁਲ ਵੀ ਨਹੀਂ ਜਮਕਦਾ, ਅਤੇ ਬਾਕੀ ਰਿਪੋਰਟ ਓਕੇ ਆ, ਅਤੇ ਹੁਣ ਉੱਤਰਦੇ ਆਪਾਂ ਥੱਲੇ ਹੌਲੀ ਹੌਲੀ, ਦੇਖ ਕੇ ਵਾਹਵਾ ਉਹ ਨਾ ਕਦੇ ਬਾਜੀ ਪੈ ਜਾਵੇ, ਅਤੇ ਬਾਕੀ ਮਗਰ ਵਾਲੇ ਬੋਲਟ ਰਹਿ ਗਏ ਪਾਉਣ ਵਾਲੇ, ਅਤੇ 3 ਇਹ ਪਾ ਦਾਂਗੇ ਸਵੇਰੇ, ਅਤੇ ਬਾਕੀ ਹੁਣ ਆਪਣਾ ਚੱਲਦਾ ਹੋ ਗਿਆ। ਅਤੇ ਲਓ ਜੀ, ਅਤੇ ਹੁਣ ਆਪਾਂ ਚਾੜ੍ਹ ਦਈਏ ਛਤਰੀ, ਚਾੜ੍ਹ ਦਈਏ ਬਾਬੇ ਛਤਰੀ ਹੁਣੀ, ਅਤੇ ਹੁਣ ਉਹ ਛਤਰੀ ਉਹ ਪਈ ਆ, ਛਤਰੀ ਵੀ ਨਾਲ ਹੀ ਚਾੜ੍ਹ ਕੇ ਇਹਦਾ ਕੰਮ ਨਿਬੜ ਜੂ। ਆਓ ਜੀ, ਅਤੇ 2 ਫੁੱਟ ਵਾਲੀਆਂ ਪਲੇਟਾਂ ਮਹਿੰਦਰਾ ਦੀਆਂ ਤਿਆਰ ਹੋ ਗਈਆਂ, ਅਤੇ ਬਾਕੀ ਇੱਕ ਹੋਰ ਆਪਣੇ ਕੋਲ ਅੰਦਰ ਟਰੈਕਟਰ ਖੋਲਿਆ ਹੋਇਆ, ਉਹ ਤੁਹਾਨੂੰ ਦਿਖਾਵਾਂਗੇ ਬਾਅਦ 'ਚ, ਅਤੇ ਉਹਦੇ ਚੁੱਲ੍ਹੇ 'ਚ ਸਾਲੇ ਹੈ ਨਹੀਂ ਸੀ, ਆਪਾਂ ਹਿੱਸੇ ਦਾ ਕੰਮ ਕਰਨਾ ਸੀ, ਇਹਦੇ ਸੁਰਾਖ ਪਹਿਲਾਂ ਹੀ ਕੱਢ ਲਿਆ ਆਪਾਂ, ਅਤੇ ਬਾਕੀ ਇਹਦੇ ਸੌਣਾ ਸੁਰਾਖ ਆਪਾਂ ਮਾਰਾਂਗੇ, ਅਤੇ ਇਹਦੇ ਵੀ ਚੁੱਲ੍ਹੇ 'ਚ ਸਾਲੇ ਹੈ ਨਹੀਂ ਗੇ, ਅਤੇ ਇਹਦੇ ਵੀ ਹੁਣ ਆਪਾਂ ਮਾਰਨੇ ਪੈਣਾ, ਅਤੇ ਹੁਣ ਬਾਕੀ ਲਾ ਕੇ ਡੈੱਕ 'ਤੇ ਚੱਕਦੇ ਹਾਂ ਪਾਸਾ ਜਿਹਾ ਤਾਂ ਇੱਕ ਸਾਈਡ ਵਾਲਾ, ਅਤੇ ਇੱਧਰ ਮਾਰ ਕੇ ਸੁਰਾਖ ਫਿਰ ਆਪਾਂ ਇੱਦਾਂ ਹੀ ਦੂਜੇ ਪਾਸੇ ਕਰ ਲਾਂਗੇ। ਲਓ ਜੀ, ਅਤੇ ਸਾਈਡਾਂ ਵਾਲੀਆਂ ਪਲੇਟਾਂ ਲੱਗ ਗਈਆਂ ਦਰਾਂ ਦੀਆਂ, ਅਤੇ ਬਾਕੀ ਹੁਣ ਫਰੰਟ ਪਲੇਟ ਲਾ ਕੇ ਚਾਦਰ ਲਾ ਕੇ ਫਿਰ ਇਹਨੂੰ ਲਾਉਣੇ ਥੱਲੇ, ਅਤੇ ਬਾਕੀ ਇੱਧਰ ਸਵਰਾਜ ਇਹਦੀਆਂ ਇਕੱਲੀਆਂ ਰੇਲਿੰਗਾਂ ਲਾਉਣੀਆਂ ਨੇ ਉਹ, ਅਤੇ ਖਰਾਬ ਸੀਗੀਆਂ ਬਾਹਲੀਆਂ, ਅਤੇ ਇੱਕ ਹੁੱਕ 18 ਇੰਚ ਦੀ ਨਹੀਂ ਜਾਂਦੀ ਥੱਲੇ, ਬਾਕੀ ਇਹਦਾ ਵੀ ਚੱਲੀ ਜਾਂਦਾ ਨਾਲ ਦੀ ਨਾਲ ਕੰਮ, ਅਤੇ ਬਾਕੀ ਉੱਧਰ 2-3 ਬੰਪਰ ਹੋਰ ਸੀਗੇ ਤਿਆਰ ਕਰਨ ਵਾਲੇ ਆਪਣੇ ਇਹ ਫਾਰਮ ਟਰੈਕ ਦਾ, ਅਤੇ ਉਹ ਜਿਹੜਾ ਤਿਆਰ ਸੋਨਾਲੀਕਾ 'ਤੇ ਇੱਕ ਖੋਲਣ ਦਾ ਕਰਨਾ ਵਾ,
ਤੇ ਬਾਕੀ ਚਲੋ ਪਹਿਲਾਂ ਇਹਨੂੰ ਕੰਪਲੀਟ ਕਰਦੇ ਹਾਂ, ਕੰਪਲੀਟ ਕਰਕੇ ਹੋ ਜੀ। ਅਤੇ ਵਾਂਪਰ ਦੀ ਚਾਦਰ ਲੱਗ ਗਈ ਉੱਤੇ ਵਾਲੀ, ਅਤੇ ਬਾਕੀ ਰਿਪੋਰਟ ਓਕੇ ਸਾਰੀ, ਸ਼ੋ ਸ਼ੂ ਦਾ ਪੂਰੀ ਐਨ ਖੁੱਲ੍ਹਣ ਖੜ੍ਹਨ ਦਾ ਕੋਈ ਚੱਕਰ ਨਹੀਂ ਹੈਗਾ। ਅਤੇ ਬਾਕੀ ਹੁਣ ਇਹਨੂੰ ਲਾਹ ਕੇ ਫਿਰ ਪੱਕਾ ਕਰਦੇ ਹਾਂ, ਅਤੇ ਆਹ ਹੁਣ ਫਿਰ ਖੋਲ੍ਹਦੇ ਹਾਂ ਇਹਨੂੰ, ਅਤੇ ਬਾਕੀ ਇਹਦੇ ਐਂਗਲ ਬਣਾਉਣੇ ਆ ਹੁਣ, ਅਤੇ ਇਹਦੇ ਐਂਗਲ ਆਪਾਂ ਤਿਆਰ ਕਰਨ ਲੱਗਦੇ ਹਾਂ। ਪੱਤੀਆਂ ਆਈਆਂ ਪਈਆਂ ਨੇ ਇਹਦੀਆਂ, ਅਤੇ ਲੰਬੀ ਘੱਟ ਹੈਗੀ ਹੋਕੇ, ਅਤੇ ਫਿਰ ਇਹਨੂੰ ਉਹ ਕਰਦੇ ਹਾਂ ਰੈਡੀ।